ਪੜਾਗੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਗੰਦੇ ਗਾਣਿਆਂ ਦੇ ਨਾਲ ਲੱਗੀ ਹੋਈ ਆ, ਵੀਡੀਓ ਚੱਲਣ ਡਈ ਆ, ਸਾਰੇ ਵਰਲਡ ਨੇ ਦੇਖੀ ਆ ਵੀਡੀਓ, ਉੱਥੋਂ ਤੱਕ ਤੁਹਾਨੂੰ ਪਹੁੰਚ ਨਹੀਂ ਹੋਈ। ਆ ਇੱਕ ਗਰੀਬ ਤੇ ਬੜਾ ਜ਼ੋਰ ਪੈ ਗਿਆ ਜੀ ਤੁਹਾਡਾ, ਹੈ ਵੱਡੇ ਲੀਡਰ ਬਣੇ ਫਿਰਦੇ ਤੁਸੀਂ। ਅੱਜ ਆਪਾਂ ਗੱਲ ਕਰਦੇ ਹਾਂ ਧਰਮਪ੍ਰੀਤ ਦੇ ਬਾਰੇ, ਜਿਸ ਨੂੰ ਧਮਕ ਬੇਸ ਦੇ ਨਾਲ ਨਾਲ ਵੀ ਸਾਰੇ ਜਾਣਦੇ ਨੇ। ਜਿਵੇਂ ਹੀ ਪੰਚਾਇਤ ਵਾਲੇ ਮੁੱਖ ਮੰਤਰੀ ਦੀ ਮਾਫ਼ੀ ਵਾਲੀ ਵੀਡੀਓ ਸਾਹਮਣੇ ਆਈ ਤੇ ਉੱਥੇ ਹੀ ਲੋਕਾਂ ਨੇ ਮੁੱਖ ਮੰਤਰੀ ਦੇ ਹੱਕ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਤੇ ਆ ਕੇ ਝੜਕਾ ਮਾਰਦੇ ਆ ਵਾਇਰਲ ਹੋਈ ਰਿਕਾਰਡਿੰਗ ਦੇ ਵੱਲ। ਤੇ ਰਿਕਾਰਡਿੰਗ ਸ਼ੁਰੂ ਕਰਨ ਤੋਂ ਪਹਿਲਾਂ, ਹਾਂਜੀ ਅੱਜ ਇੱਕ ਵੀਡੀਓ ਦੇਖੀ ਆ, ਇੱਕ ਮੁੰਡਾ ਜਿਹੜਾ ਧਮਕ ਬੇਸ ਮੁੱਖ ਮੰਤਰੀ ਦੇ ਨਾਂ ਤੇ ਜਾਣਾ ਜਾਂਦਾ, ਉਹ ਵਿਚਾਰਾ ਗਰੀਬ ਜਿਹਾ ਕੋ ਮੁੰਡਾ ਆ, ਉਹਦੇ ਤਿੰਨ ਚਾਰ ਵੀਡੀਓ ਵਾਇਰਲ ਹੋ ਗਏ ਤੇ ਇਹੋ ਜਿਹੇ ਵਾਇਰਲ ਹੋਏ ਕਿ ਸਾਰਿਆਂ ਦੇ, ਕਈਆਂ ਨੇ ਲੋਕਾਂ ਨੇ ਸਟੇਟਸ ਵੀ ਲਾਏ ਹੋਏ ਨੇ ਵਟਸਐਪ ਦੇ ਉੱਤੇ, ਉਹ ਕਾਫੀ ਫੇਮਸ ਹੋ ਗਿਆ ਮੁੰਡਾ ਤੇ ਅੱਜ ਉਹਦੇ ਕੋਲ ਚਾਰ ਕੁ ਚੌਧਰੀ ਜਿਹੜੇ ਬਣੇ ਹੋਏ ਨੇ ਆਪਣੇ, ਉਹ ਉਹਦੇ ਕੋਲ ਮਾਫੀ ਮੰਗਾਉਣ ਤੁਰ ਪਿਆ। ਉਹ ਵੀ ਵੀਡੀਓ ਦੇਖੀ ਮੈਂ, ਹਾਂ ਮੰਗ ਮਾਫੀ ਹੈ, ਤੇ ਚਾਰ ਪੰਜ ਜਾਣੇ ਤੁਸੀਂ ਇਕੱਠੇ ਹੋ ਗਏ ਆਪਣਾ ਲੌਂਗਾਣਾ ਜਿਹਾ ਚੱਕ ਕੇ ਜਾ ਕੇ, ਤੁਸੀਂ ਚੌਧਰੀ ਬਣੇ ਜੇ ਵੱਡੇ, ਜਾ ਕੇ ਉਹਦੇ ਕੋਲ ਮਾਫੀ ਮੰਗਵਾਉਣ ਡਿਓ ਗਰੀਬ ਬੰਦੇ ਦੇ ਕੋਲੋਂ, ਜੇ ਤੁਹਾਡੇ ਕੋਲ ਹਿੰਮਤ ਹੈਗੀ ਤੇ ਉਹਨਾਂ ਲੀਡਰਾਂ ਨੂੰ ਜਾ ਕੇ ਫੜੋ, ਲੰਗਾਹ ਨੂੰ ਹੱਥ ਪਾ ਕੇ ਦਿਖਾਓ, ਜਿਹਨੇ ਸ਼ਰੇਆਮ ਫਿਲਮ ਬਣਾ ਕੇ ਤੁਹਾਡੇ 'ਚ ਥੋਕਦੀ ਪਿਆ ਫੜੋ, ਹੈ ਉਹਨੂੰ ਤਾਂ ਹੱਥ ਪੈਂਦਾ ਨਹੀਂ, ਤੁਹਾਡੇ ਕੋਲ ਅਗਲਾ ਚੀਰ ਕੇ ਰੱਖ ਦੂ ਵਿੱਚ ਕਾੜਿਓ। ਸਿੰਗਰ ਆ ਕਹਿੰਦੇ ਐਲੀ ਮੰਗਣ ਦੀ ਵੀਡੀਓ ਤੁਹਾਡੇ ਟੀਵੀ ਤੇ ਚੱਲਦੀ, ਵੀਡੀਓ ਦੇਖ ਕੇ ਦੇਖੋ ਕਿੰਨਾ ਗੰਦ ਪਾਇਆ ਉਹਨੇ ਵੀਡੀਓ ਦੇ ਵਿੱਚ, ਕੁੜੀਆਂ ਨੰਗੀਆਂ ਨਚਾਤੀਆਂ ਉਹਨੇ, ਉੱਥੇ ਤੁਹਾਡੀ ਜ਼ਬਾਨ ਨਹੀਂ ਚੱਲਦੀ। ਉਹ ਕੁੜੀ ਵੀਡੀਓ ਬਣਾ ਗਈ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਗੰਦੇ ਗਾਣਿਆਂ ਦੇ ਨਾਲ ਲੱਗੀ ਹੋਈ ਆ, ਵੀਡੀਓ ਚੱਲਣ ਡਈ ਆ, ਸਾਰੇ ਵਰਲਡ ਨੇ ਦੇਖੀ ਆ ਵੀਡੀਓ, ਉੱਥੋਂ ਤੱਕ ਤੁਹਾਡੇ ਕੋਲ ਪਹੁੰਚ ਨਹੀਂ ਹੋਈ। ਆ ਇੱਕ ਗਰੀਬ ਤੇ ਬੜਾ ਜ਼ੋਰ ਪੈ ਗਿਆ ਜੀ ਤੁਹਾਡਾ, ਹੈ ਵੱਡੇ ਲੀਡਰ ਬਣੇ ਫਿਰਦੇ ਤੁਸੀਂ, ਤੁਹਾਨੂੰ ਸਿਰਫ ਉਹ ਗਰੀਬ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੋਈ ਤੁਹਾਡੇ ਕੋਲੋਂ, ਹੋਰ ਗੱਲ ਕੋਈ ਨਹੀਂ ਵਿੱਚੋਂ, ਕਿਉਂਕਿ ਤੁਸੀਂ ਬਣੇ ਜੇ ਵੱਡੇ ਚੌਧਰੀ, ਅਸੀਂ ਪਿੰਡ ਦੇ ਵਿੱਚ ਪਤਾ ਨਹੀਂ ਅਸੀਂ ਠੇਕਾ ਸਾਰੇ ਧਰਮ ਦਾ ਅਸੀਂ ਲੈ ਲਿਆ ਇਕੱਲਿਆਂ ਨੇ, ਜੋ ਕਰਨਾ ਅਸੀਂ ਕਰਨਾ। ਉਹ ਵਿਚਾਰਾ ਸਿੱਧਾ ਬੰਦਾ ਯਾਰ, ਉਹ ਤਾਂ ਦਿਮਾਗੀ ਤੌਰ ਤੇ ਵੀ ਸਿੱਧਾ ਵਿਚਾਰਾ, ਕੀ ਬੋਲ ਗਿਆ ਗੰਦ, ਕੀ ਗੰਦ ਬੋਲਤਾ ਉਹਨੇ। ਸਿਰਫ ਤੁਹਾਡੇ ਕੋਲੋਂ ਚੜ੍ਹਾਈ ਨਹੀਂ ਜਰੀ ਗਈ ਵੀ ਇੱਕ ਗਰੀਬ ਬੰਦਾ ਉੱਠ ਕੇ, ਇੱਕ ਮਜ਼ਦੂਰ ਦਾ ਪੁੱਤ ਉੱਠ ਕੇ ਵੀ ਉਹ ਪੂਰੇ ਵਰਲਡ 'ਚ ਮਸ਼ਹੂਰ ਹੋ ਗਿਆ ਤੇ ਸਾਡਾ ਚੌਧਰੀਆਂ ਦਾ ਬਾਣਾ ਪਾਇਆ ਕਿੱਧਰ ਗਿਆ ਬਈ, ਹੈਂ ਅਸੀਂ ਤਾਂ ਕਾਜੋਗ ਵੀ ਨਹੀਂ ਰਹਿ ਗਏ, ਸਾਨੂੰ ਤੁਕ ਪੁੱਛਦਾ ਵੀ ਨਹੀਂ, ਇਹ ਮੁੰਡਾ ਨਿਕਾ ਜਾ ਅੱਜ ਆਇਆ ਕੱਲ ਮਸ਼ਹੂਰ ਹੋ ਗਿਆ, ਬਸ ਇਹੀ ਤੁਹਾਡੇ ਕੋਲ ਨਹੀਂ ਚ ਰਹਿ ਗਿਆ, ਹੋਰ ਗੱਲ ਕੋਈ ਨਹੀਂ। ਬਈ ਜੇ ਤਾਂ ਹਿੰਮਤ ਹੈਗੀ ਜੇ ਦਮ ਹੈਗਾ ਤੇ ਉਹਨਾਂ ਚ ਵੱਜੋ ਜਿਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਸੀ, ਸ਼ਰੇਆਮ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਖਿਲਾਰੇ ਸੀ ਸੜਕਾਂ ਦੇ ਵਿੱਚ, ਜਾਂ ਉਹਨਾਂ ਚ ਵੱਜੋ ਜਾ ਕੇ ਜਿਹੜੇ ਗੋਲਕਾਂ ਦਾ ਖਜ਼ਾਨਾ ਖਾਂਦੇ ਆ, ਜਾਂ ਉਹਨਾਂ ਚ ਵੱਜੋ ਜਿਹੜੇ ਗੰਦੇ ਗਾਣੇ ਗਾਉਂਦੇ ਆ, ਨਾ ਕਿ ਗਰੀਬਾਂ ਦਾ ਜ਼ੋਰ ਪਾਓ। ਤੁਸੀਂ ਚੌਥੇ ਇੱਕ ਦਿਨ ਫੜ ਕੇ ਕਦੀ ਕਿਸੇ ਨੂੰ ਠੋਕ ਦਿੰਦੇ ਹੋ, ਕਦੀ ਕਿਸੇ ਨੂੰ ਠੋਕ ਦਿੰਦੇ ਹੋ, ਕਿੱਡੀ ਕੁ ਮਰਦਾਨਗੀ ਤੁਹਾਡੀ, ਬਦਮਾਸ਼ ਬਣੇ ਫਿਰਦੇ ਹੋ ਤੁਸੀਂ, ਤੁਹਾਨੂੰ ਆਪਣੇ ਘਰ ਦੇ ਵਿੱਚ ਕੋਈ ਨਹੀਂ ਪੁੱਛਦਾ, ਤੁਸੀਂ ਬਾਹਰ ਜਾ ਕੇ ਲੋਕਾਂ ਵਿੱਚ ਪੇੜਾ ਮਾਰ ਕੇ ਉਹਨਾਂ ਤੋਂ ਮਾਫੀਆਂ ਮੰਗਵਾਉਣ ਡਏ ਹੋ, ਹੱਦ ਹੋ ਗਈ ਤੁਹਾਡੇ ਵਾਲੀ, ਕੀ ਗਲਤ ਕਰਦਾ ਉਹਨੇ ਮੁੰਡੇ ਨੇ ਵਿਚਾਰੇ ਨੇ ਯਾਰ, ਕੁਛ ਨੀ ਹਾਲਾਤ ਤੁਹਾਡੇ ਵੀ, ਵੱਡੇ ਬਦਮਾਸ਼ ਬਣੇ ਫਿਰਦੇ।